मेरे असी ना एक कुड़ी गोद लेते सी साडे आप दे कोई बच्चा नहीं है साडे ब्याह नूं 12 साल जदों दी सी गोद लेती है ना उदों दी हॉस्पिटल च यानी कि पाइप लगी है उदा दुध नहीं पीती गई यानी कि सरिंजा नाल ही असीं दुध पियाने पए असी हर जगह लेके गए जिते साडी वाह लगी हुण साडी कई लोगों ने हेल्प की है हुण यानी कि इहदी सर्जरी होनी है उस वास्ते सानूं हेल्प की लोड़ है वीरे कृपा करके साड़ी मदद करो ता कि असी अपनी बच्ची सही सलामत घर लेके जाइए ਕਿਹੜੇ-ਕਿਹੜੇ ਹਸਪੀਟਲ ਲੈ ਕੇ ਗਏ ਤੁਸੀਂ ਵੀਰੇ ਪਹਿਲਾਂ ਅਸੀਂ ਪ੍ਰਾਈਵੇਟ 'ਚ ਓਰੀਸਨ 'ਚ ਵੀ ਕਰਾਇਆ ਪੀਜੀਆਈ 'ਚ ਵੀ ਲੈ ਕੇ ਗਏ ਪੀਜੀਆਈ ਤੋਂ ਦੁਬਾਰਾ ਫਿਰ ਓਰੀਸਨ 'ਚ ਲੈ ਕੇ ਆਏ ਹੁਣ ਉਹਨਾਂ ਨੇ ਇਹਦੀ ਸਰਜਰੀ ਦੱਸੀ ਆ ਜਾਨਕਿ ਸਰਜਰੀ ਵਾਸਤੇ ਸਾਡੇ ਕੋਲ ਹੁਣ ਪੈਸਿਆਂ ਦੀ ਬਹੁਤ ਜਾਨਕਿ ਕਮੀ ਆ ਇਸ ਕਰਕੇ ਸਾਨੂੰ ਹੈਲਪ ਚਾਹੀਦੀ ਆ दुध भी ये पीती है उदा शीशे भी नहीं लगा सकते कहते फिर ये ना दिमाग से असर पैंदा वा तां करके शीशे नहीं लगा सकते 3 महीने की पाइप ही लगी है ਬਰਤਾ ਇਹਦਾ ਉਦੋਂ ਦੇ ਹਸਪੀਟਲ ਜਾ ਵਿੱਚ ਲੈ ਕੇ ਜਾ ਰਹੇ ਹਾਂ ਦੁਆ ਕਰੋ ਅਰਦਾਸ ਕਰੋ ਵੀ ਇਹ ਬੱਚੀ ਠੀਕ ਹੋ ਜਾਵੇ ਹੁਣ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਨਿੱਕੀ ਜੀ ਬੱਚੀ ਜਿਹਦਾ ਚਿਹਰਾ ਤੁਸੀਂ ਦੇਖਿਆ ਇਹਦਾ ਨਾਂ ਗੁਰਬਾਣੀ ਕੌਰ ਆ ਗੁਰਬਾਣੀ ਨਾਂ ਰੱਖਿਆ ਮਾਂ ਬਾਪ ਨੇ ਸੱਤਵਾਂ ਮਹੀਨਾ ਸੀ ਕਹਿ ਦਿੰਦੇ ਅਸੀਂ ਪੰਜਾਬ 'ਚ ਮਤਲਬ ਪ੍ਰੀ ਮਚਿਓਰ ਬੇਬੀ ਆ 7ਵੇਂ ਮਹੀਨੇ ਹੋ ਗਈ ਸੀ ਇਹ ਬੱਚੀ ਅਤੇ ਇਸ ਟਾਈਮ ਮੇਰੇ ਸਰੀਰ 'ਤੇ ਭੈਣ ਦੱਸਦੀ ਆ ਵੀ ਕੋਈ ਜਗ੍ਹਾ ਨਹੀਂ ਜਿੱਥੋਂ ਇਹਦੀਆਂ ਨਸਾਂ ਲੱਭਦੀਆਂ ਹੋਣ ਆ ਦੇਖੋ ਆ ਪੱਕੀਆਂ ਸੂਈਆਂ ਡਾਕਟਰਾਂ ਨੇ ਲਾਈਆਂ ਪਈਆਂ ਹੱਥਾਂ 'ਤੇ ਪੈਰਾਂ 'ਤੇ ਅਤੇ ਸਿਰ ਦੇ ਵਿੱਚ ਪਾਣੀ ਭਰਦਾ ਬੱਚੇ ਦੇ ਆ ਨੱਕ ਦੇ ਉੱਤੇ ਜਿਹੜੀ ਟੇਪ ਲੱਗੀ ਹੋਈ ਆ ਇਹ ਉਹ ਆ ਜਿਹੜੇ ਆਕਸੀਜਨ ਵਾਲੀ ਪਾਈਪ ਜਾਂ ਫੂਡ ਪਾਈਪ ਇਹਦੇ ਥਾਈਂ ਉਹ ਖਾਣਾ ਪੀਣਾ ਦੁੱਧ ਦਿੰਦੇ ਆ ਆ ਸਿਰ ਦੇ ਵਿੱਚ ਇੱਥੇ ਕੀ ਕੀਤਾ ਸੀ ਭੈਣੇ ਉਹਦੇ ਰਾਹੀਂ ਪਾਣੀ ਕੱਢਦੇ ਆ ਉਹ ਖੋਲ੍ਹ ਕੇ ਬਟਨ ਫਿਰ ਪਾਣੀ ਅੱਛਾ ਖਿੱਚ ਲੈਂਦੇ ਨੇ ਉਦੋਂ ਬਾਅਦ ਉਹ ਬਟਨ ਲਾ ਦਿੰਦੇ ਨੇ ਚੌਥਾ 2 ਤਰੀਕ ਨੂੰ ਗੁਰਬਾਣੀ ਨੇ 3 ਮਹੀਨਿਆਂ ਦੀ ਹੋ ਜਾਣਾ ਅਤੇ ਇਹ 3 ਮਹੀਨੇ ਇਸ ਪਰਿਵਾਰ 'ਤੇ ਇਸ ਹਸਬੈਂਡ ਵਾਈਫ 'ਤੇ ਕਿੱਦਾਂ ਗੁਜ਼ਰਿਆ ਇਹਦੇ ਮਾਂ ਬਾਪ 'ਤੇ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ ਕਿਉਂਕਿ ਮਾਂ ਲਈ ਅਤੇ ਬਾਪ ਲਈ ਉਹ ਦੁੱਖ ਆ ਜਿਹੜਾ ਉਹ ਆਪਾਂ ਮਹਿਸੂਸ ਹੀ ਨਹੀਂ ਕਰ ਸਕਦੇ ਜਿਹੜਾ ਇਹ ਹੰਢਾ ਰਹੇ ਨੇ ਸਾਡੀ ਅੱਜ ਇੱਕ ਬੇਨਤੀ ਹੈ ਛੋਟੀ ਜੀ ਆਪਣੇ ਸੁਪਨਿਆਂ ਦੇ ਘਰ ਵਿੱਚ ਪਰਿਵਾਰ ਦੇ ਵਿੱਚ ਆਈ ਅੱਜ ਗੁਰਬਾਣੀ ਅਸੀਂ CMC ਹੋਸਪਿਟਲ 'ਚ ਇਹਦੇ ਚੈੱਕਅਪ ਕਰਵਾਏ ਆ ਟੈਸਟ ਕਰਵਾਏ ਆ ਚੈੱਕ ਇਹਦੇ ਜਿਹੜੇ ਇਹਨਾਂ ਕੋਲ ਰਿਪੋਰਟਾਂ ਸੀਗੀਆਂ ਉੱਥੇ ਅੱਜ ਅਸੀਂ ਇਹਨੂੰ ਐਡਮਿਟ ਕਰਾਉਣ ਲੱਗੇ ਹਾਂ ਤੁਸੀਂ ਸਾਰੇ ਅਰਦਾਸ ਕਰਿਓ ਗੁਰਬਾਣੀ ਦੀ ਆਉਣ ਵਾਲੀ ਜ਼ਿੰਦਗੀ ਵਾਸਤੇ ਜਿਵੇਂ ਪਹਿਲਾਂ ਜੈਵੀਰ ਸੀ ਬੱਚਾ ਆਪਣੇ ਕੋਲ ਉਹਦੇ ਸਿਰ ਦੇ ਵਿੱਚ ਪਾਣੀ ਭਰਦਾ ਸੀ ਕਿੱਡਾ ਵੱਡਾ ਸਿਰ ਦਾ ਸਾਈਜ਼ ਸੀਗਾ ਉਸੇ ਬਿਮਾਰੀ ਤੋਂ ਪੀੜਤ ਆ ਇਹ ਬੱਚੀ ਤੁਸੀਂ ਦੇਖੋ ਸਿਰ ਦਾ ਸਾਈਜ਼ ਇਹਦੇ ਕਿੱਡਾ ਵੱਡਾ ਅਤੇ ਸਰੀਰ ਇਹਦਾ ਇਕੱਲੇ ਸਿਰ ਦੇ ਮੁਕਾਬਲੇ ਛੋਟਾ ਲੱਗਦਾ ਦੇਖਣ ਨੂੰ ਅਤੇ ਇਹਦਾ ਪ੍ਰੋਪਰ ਟ੍ਰੀਟਮੈਂਟ ਹੋ ਸਕੇ ਚੰਗਾ ਇਲਾਜ ਹੋ ਸਕੇ ਅਰਦਾਸ ਕਰਿਓ ਜ਼ਰੂਰ ਸਾਰੇ ਜਾਣੇ ਕਿਉਂਕਿ ਰੋ ਨਾ ਮੇਰੇ ਵੀਰ ਰੋ ਨਾ ਵਾਹਿਗੁਰੂ ਮਿਹਰ ਕਰਨਗੇ ਤੁਹਾਡੇ ਕਿੰਨੇ ਬੱਚੇ ਵੀਰੇ ਪਹਿਲਾਂ ਵੀ ਹੈਗੇ ਬੱਚਾ ਕੋਈ ਪਹਿਲੀ ਗੁੱਡੀ ਆ ਅੱਛਾ ਗੋਡ ਲਈ ਆ ਤੁਸੀਂ ਵਾਹਿਗੁਰੂ ਸੱਚਾ ਪਾਸ਼ ਕਿੰਨਾ ਚਿਰ ਹੋ ਗਿਆ ਵਿਆਹ ਹੋਏ ਨੂੰ 11 ਸਾਲਾਂ ਬਾਅਦ ਤੁਸੀਂ ਵੀਰੇ ਬੱਚੀ ਗੋਦ ਰਿਸ਼ਤੇਦਾਰੀ ਚੋਂ ਲਈ ਆ ਨਹੀਂ ਵੀਰੇ ਯਾਨੀ ਕਿ ਫਰੈਂਡ ਸੀ ਉਹਨੂੰ ਕਿਹਾ ਹੋਇਆ ਸੀ ਵੀ ਇੱਦਾਂ ਕੋਈ ਬੱਚਾ ਦੇਵੇ ਤਾਂ ਸਾਨੂੰ ਦੱਸੀ ਇਹਨਾਂ ਦੇ ਯਾਨੀ ਕਿ ਇਹਦੀ ਮੰਮੀ ਦੀ ਤੀਜੀ ਬੇਟੀ ਸੀਗੀ ਉਹਨਾਂ ਨੇ ਯਾਨੀ ਕਿ ਰੱਖਣਾ ਨਹੀਂ ਸੀਗਾ
ਫਿਰ ਸਾਨੂੰ ਫੋਨ ਕੀਤਾ ਮੈਨੂੰ ਉਹਨੇ ਮੇਰੀ ਫਰੈਂਡ ਨੇ ਵੀ ਇੱਦਾਂ ਕਰਕੇ ਬੱਚਾ ਵੀ ਤੂੰ ਦੇਖ ਲਾ ਕੰਡੀਸ਼ਨ ਇਹਦੀ ਉਦੋਂ ਵੀ ਨਹੀਂ ਸੀ ਸਹੀ ਉਹ ਮੈਨੂੰ ਕਹਿੰਦੇ ਦੇਖ ਲਾ ਫਿਰ ਮੇਰੇ ਤੋਂ ਦੇਖ ਕੇ ਵੀਰੇ ਛੱਡੀ ਨਹੀਂ ਗਈ ਮੈਂ ਲੈ ਆਈ ਸੀ ਇਹ ਜਦੋਂ ਮੈਂ ਇਹ 2 ਤਰੀਕ ਦੇ ਤਾਂ ਜਾਣਾ ਮੈਂ 6 ਤਰੀਕ ਨੂੰ ਉਹਨੇ ਲੈ ਆਈ ਸੀਗੀ 6 ਤਰੀਕ 4 ਦਿਨਾਂ ਦੀ ਹਾਂਜੀ 6 ਤਰੀਕ ਨੂੰ ਸਿੱਧਾ ਮੈਂ ਜਗਰਾਉਂ ਚੱਕਰਵਤੀ ਹਸਪੀਟਲ ਹੈ ਨਾ ਉੱਥੇ ਹੀ ਐਡਮਿਟ ਸੀਗੀ ਓਕੇ ਉਦੋਂ ਵੀ ਸੇਮ ਆਹ ਪ੍ਰੋਬਲਮ ਸੀਗੀ ਉਦੋਂ ਕਿ ਨਹੀਂ ਮੈਨੂੰ ਪਤਾ ਨਹੀਂ ਸੀ ਇਹ ਯਾਨੀ ਕਿ 16 ਅਕਤੂਬਰ ਨੂੰ ਯਾਨੀ ਕਿ ਉਹਨਾਂ ਨੇ ਇਹਦੇ ਸ਼ੀਸ਼ੀ ਦੱਸਿਆ ਸੀ ਲਾਣ ਨੂੰ 16 ਅਕਤੂਬਰ ਨੂੰ ਸੀ ਜਦੋਂ ਇਹਦੇ ਸ਼ੀਸ਼ੀ ਲਾਈ ਇਹਨੇ 2 ਵਾਰੀ ਪੀਤੀ ਆ ਤੇ ਉਦੋਂ ਬਾਅਦ ਚ ਡਾਊਨ ਹੋਣ ਲੱਗ ਗਈ ਸੀਗੀ ਨੀਲੀ ਪੈਣ ਲੱਗ ਗਈ ਸੀ ਜਦੋਂ ਅਸੀਂ ਉਹਨਾਂ ਕੋਲ ਲੈ ਕੇ ਗਏ ਉਹ ਕਹਿੰਦੇ ਇਹਦੀ ਆਕਸੀਜਨ ਘਟਦੀ ਉਹਨਾਂ ਨੇ ਸਾਨੂੰ ਕਿਹਾ ਵੀ ਲੁਧਿਆਣੇ ਲੈ ਕੇ ਜਾਣੀ ਪਊਗੀ ਵੀ ਬੱਚੇ ਨੇ ਦੁੱਧ ਅੰਦਰ ਜਮ੍ਹਾਂ ਹੋ ਗਿਆ ਵੀ ਫੇਫੜਿਆਂ 'ਚ ਪੈ ਗਿਆ ਜਦੋਂ ਅਸੀਂ ਉੱਥੇ ਫਿਰ ਉਹਨਾਂ ਨੇ ਸਾਨੂੰ ਓਰੀਸਨ 'ਚ ਭੇਜਿਆ ਸੀ ਓਰੀਸਨ ਵਾਲਿਆਂ ਨੇ ਦੱਸਿਆ ਵੀ ਇਹਦੇ ਸਿਰ 'ਚ ਪ੍ਰੋਬਲਮ ਉਦੋਂ ਸਿਰ ਦਾ ਸਾਈਜ਼ ਵੱਡਾ ਹੋਣ ਲੱਗ ਗਿਆ ਸੀ ਕਿ ਉਦੋਂ ਨਹੀਂ ਹੋਇਆ ਸੀ ਧਿਆਨ ਨਹੀਂ ਦਿੱਤਾ ਆਮ ਬੱਚੇ ਦਾ ਆਪਾਂ ਕਹਿ ਦਿੰਦੇ ਚੱਲ ਸਿਰ ਥੋੜ੍ਹਾ ਕਿਉਂਕਿ ਉਹ ਮੈਨੂੰ ਇਹਦਾ ਪਤਾ ਲੱਗ ਗਿਆ ਸੀ ਜਦੋਂ ਮੈਂ ਦੁੱਧ ਦਿੰਦੀ ਸੀ ਇਹਦਾ ਸਿਰ ਮੈਨੂੰ ਭਾਰਾ ਲੱਗਦਾ ਸੀ ਇਹਦੇ ਪਿੱਛੇ ਵੀ ਨਾ ਟੋਆ ਜਿਹਾ ਜਿਵੇਂ ਪੋਲੀ ਪੋਲੀ ਜਿਵੇਂ ਇੱਥੇ ਮੂਹਰੇ ਉਹਦਾ ਪਿੱਛੇ ਵੀ ਹੁੰਦਾ ਸੀ ਫਿਰ ਓਰੀਸਨ ਵਾਲੇ ਨੇ ਸਾਨੂੰ ਦੱਸਿਆ ਉੱਥੇ ਅਸੀਂ 3 ਕੁ ਦਿਨ ਰੱਖੀ ਸੀਗੀ ਉਦੋਂ ਫਿਰ ਥੋੜ੍ਹੀ ਪੈਸਿਆਂ ਦੀ ਪ੍ਰੋਬਲਮ ਹੋਣ ਕਰਕੇ ਸਾਨੂੰ ਦਿੱਕਤ ਆਈ ਸੀ ਫਿਰ ਅਸੀਂ ਇਹਨੂੰ PGI ਲੈ ਕੇ ਗਏ ਸੀ PGI ਅਸੀਂ ਮਹੀਨਾ ਰੱਖਿਆ ਫਿਰ ਉੱਥੇ ਯਾਨੀ ਕਿ ਵੀਰੇ ਮੇਰੀ ਖੁਦ ਮੈਂ ਸ਼ੂਗਰ ਦੀ ਪੇਸ਼ੈਂਟ ਆ ਉੱਥੇ ਮੈਨੂੰ ਬਹੁਤ ਦਿੱਕਤ ਆ ਰਹੀ ਸੀਗੀ ਫਿਰ ਇੱਕ ਉੱਥੇ ਕੰਡੀਸ਼ਨ ਦੇਖ ਕੇ ਮੈਨੂੰ ਲੱਗਿਆ ਕਿ ਨਹੀਂ ਮੈਂ ਫਿਰ ਓਰੀਸਨ ਜਾਣ ਕੇ ਇਹਨੂੰ ਐਡਮਿਟ ਕਰਾਇਆ ਫਿਰ ਇਹਦੇ ਬਟਨ ਪਵਾਇਆ ਫਿਰ ਜਦੋਂ ਉਹਨਾਂ ਨੇ ਇਹਨਾਂ ਦੀ ਸਰਜਰੀ ਦਾ ਖਰਚਾ ਦੱਸਿਆ ਫਿਰ ਉਦੋਂ ਬਾਅਦ 'ਚ ਥੋੜ੍ਹਾ ਜਿਹਾ ਮੈਨੂੰ ਹੋ ਗਿਆ ਵੀ ਹੁਣ ਮੈਂ ਕਰਵਾ ਨਹੀਂ ਸਕਦਾ ਕਿੰਨਾ ਖਰਚਾ ਦੱਸਿਆ ਖਰਚਾ ਕੱਲਾ ਸਰਜਰੀ ਦਾ ਉਹਨਾਂ ਨੇ ਸਾਨੂੰ 1,00,000 ਰੁਪਇਆ ਕਿਹਾ ਸੀ ਬਾਕੀ ਯਾਨੀ ਕਿ ਦਵਾਈਆਂ ਦਾ ਅੱਡਾ ਅਤੇ ਜਿਹੜਾ ਉੱਥੇ ਰੂਮ ਵਗੈਰਾ ਦਾ ਉਹ ਸਾਰਾ ਅੱਡਾ ਕੀ ਕੰਮ ਕਰਦਾ ਵੀਰੇ ਤੂੰ ਮੈਂ ਬੜੇ ਲੇਬਰ ਦਾ ਕੰਮ ਕਰਦਾ ਠੀਕ ਹੈ ਜਗਰਾਉਂ ਕਿੱਥੇ ਰਹਿੰਦੇ ਹੋ ਆਪਣੇ ਡਾਕਖਾਨੇ ਕੋਲ ਕਮਲ ਚੌਂਕ ਕਮਲ ਚੌਂਕ ਮਤਲਬ ਲੇਬਰ 'ਚ ਕੀ ਮਤਲਬ ਕੰਮ ਕਰਦੇ ਹੋ ਤੁਸੀਂ ਲੇਬਰ ਮੈਂ ਪਹਿਲਾਂ ਫੈਕਟਰੀ 'ਚ ਵੀ ਕੰਮ ਕਰਦਾ ਪਾਲਿਸ਼ ਦਾ ਕੰਮ ਵੀ ਕਰ ਲਈਦਾ ਪਾਲਿਸ਼ ਦਾ ਕੰਮ ਰੰਗ ਦਾ ਕੰਮ ਕਰਦਾ ਨਾ ਵੀਰੇ ਸਾਡੀ ਨਾ ਕੰਡੀਸ਼ਨ ਇਹਨੂੰ ਲੈਣ ਤੋਂ ਪਹਿਲਾਂ ਬਹੁਤ ਵਧੀਆ ਸੀ ਅਸੀਂ ਨਹੀਂ ਸੀ ਸੋਚਿਆ ਵੀ ਇੱਦਾਂ ਹੋ ਜਾਊਗਾ ਅਸੀਂ ਆਪਦੇ ਤਾਂ ਹੀ ਲਿੱਤਾ ਸੀ ਗੋਦ ਵੀ ਅਸੀਂ ਬੱਚੇ ਨੂੰ ਸਾਂਭ ਸਕਦੇ ਹਾਂ ਇਸ ਚੀਜ਼ ਦਾ ਸਾਨੂੰ ਬੱਚੇ ਨੂੰ ਇੰਨਾ ਹੈ ਨਹੀਂ ਸੀ ਆਪਦੇ ਲਈ ਮੈਂ ਪੂਰੀ ਜ਼ੋਰ ਲਾਇਆ ਵੀ ਮੈਂ ਯਾਨੀ ਕਿ ਇਹੀ ਰੱਖਣਾ ਚਾਹੁੰਦੀ ਵੀ ਸਾਡੇ ਬੱਚਾ ਹੋਵੇ ਚਾਹੇ ਨਾ ਹੋਵੇ ਮੇਰੇ ਲਈ ਇਹ ਸਹੀ ਹੋ ਜਾਵੇ ਬਸ ਜੇ ਤੁਹਾਡੇ ਕਹਿੰਦੇ ਜਦੋਂ ਆਪਾਂ ਕੋਈ ਸ਼ਿੱਦਤ ਨਾਲ ਕਰਦੇ ਹਾਂ ਕੰਮ ਤਾਂ ਪਰਮਾਤਮਾ ਵੀ ਸੁਣਦਾ ਤੁਸੀਂ ਇਹਨੂੰ ਲਈ ਫਿਰਦੇ ਹੋ ਆਪਦੀ ਜਮ੍ਹਾਂ ਪੂੰਜੀ ਸਾਰੀ ਇਹਦੇ 'ਤੇ ਲਾਤੀ ਹੈ ਨਾ ਇਹ ਪਰਮਾਤਮਾ ਦੇਖ ਰਿਹਾ ਮੇਰੀ ਭੈਣ ਜੇ ਇਹੀ ਕਈ ਬੱਚੇ ਕੀ ਕਰਦੇ ਸਾਡੇ ਕੋਲ ਬਹੁਤ ਬੱਚੇ ਲੋਕ ਇੱਦਾਂ ਦੇ ਆਉਂਦੇ ਨੇ ਕਿਸੇ ਨੇ ਅਡੋਪਟ ਕੀਤਾ ਬੱਚਾ ਸਾਡੇ ਕੋਲ ਸੋਨੂ ਹੈ ਮੁੰਡਾ ਹੁਣ ਤਾਂ ਉਹ 20-22 ਸਾਲ ਦਾ ਉਹਨੂੰ ਅਡੋਪਟ ਕੀਤਾ ਉਹਦੇ ਮਾਂ ਬਾਪ ਨੇ ਅਤੇ ਮਾਂ ਉਹਦੇ ਜਨਮ ਸਮੇਂ ਡੈਥ ਹੋ ਗਈ ਸੀ ਅਤੇ ਉਹ ਜਨਮ ਤੋਂ ਕੁਛ ਦਿਨਾਂ ਬਾਅਦ ਪਤਾ ਲੱਗਿਆ ਉਹਨਾਂ ਨੂੰ ਵੀ ਪਾਹਾ ਜਿਹਾ ਬੱਚਾ ਉਹਦੀਆਂ ਲੱਤਾਂ ਸੁੱਕੀਆਂ ਹੋਈਆਂ ਸੀ ਅਤੇ ਉਹਨਾਂ ਨੇ ਉਹਨੂੰ ਜਾਨਵਰਾਂ ਵਾਂਗ ਰੱਖਿਆ ਬਾਈ ਘਰ ਉਸ ਤੋਂ ਬਾਅਦ 3 ਭੈਣਾਂ ਸੀ ਉਹਦੀਆਂ ਬਾਪੂ ਦੀਆਂ 3 ਕੁੜੀਆਂ ਸੀ ਯਾਨੀ ਕਿ ਉਹਨੇ ਮੁੰਡਾ ਲੈਣ ਦੇ ਚੱਕਰ 'ਚ ਅਡੋਪਟ ਕੀਤਾ ਸੀ ਪਰ ਜਵਾਈ ਰੱਖ ਲਿਆ ਘਰ ਉਹ ਮੁੰਡਾ ਵੱਡਾ ਹੋਇਆ ਗੱਭਰੂ ਹੋ ਗਿਆ ਤੁਰ ਨਹੀਂ ਸਕਦਾ ਸੀ ਉਹਨੂੰ ਭੀਖ ਮੰਗਣ ਲਾ ਤਾ ਕੁੱਟਦੇ ਸੀ ਮਾਰੇ ਕੋਟਕਪੂਰੇ ਤੋਂ ਅਸੀਂ ਲੈ ਕੇ ਆਏ ਸੀ ਹੁਣ ਉਹੀ ਮੁੰਡਾ ਅੱਜ ਤੁਰਨ ਲੱਗ ਗਿਆ ਸੀ ਉਹਦੇ ਦੋਨੇ ਲੱਤਾਂ ਦੇ ਆਪਰੇਸ਼ਨ ਕਰਾ ਤੇ ਹੁਣ ਤੁਰਦਾ ਵਧੀਆ ਜ਼ਿੰਦਗੀ 'ਚ ਆਉਂਦਾ ਯਾਨੀ ਕਿ ਅਸੀਂ ਦੇਖਦੇ ਹਾਂ ਵੀ ਇੱਦਾਂ ਦੇ ਵੀ ਲੋਕ ਨੇ ਪਰ ਤੁਸੀਂ ਯਾਰ ਬਾਈ ਆਪਣੀ ਜ਼ਿੰਦਗੀ ਦਾ ਹਿੱਸਾ ਮੰਨ ਲਿਆ ਇਹਨੂੰ ਹੈ ਨਾ ਥੋੜ੍ਹੇ ਸਮੇਂ ਦੇ ਵਿੱਚ ਹੀ 2 ਅਕਤੂਬਰ ਨੂੰ ਜਨਮ ਹੋਇਆ 2 ਸਤੰਬਰ ਨੂੰ ਗੁਰਬਾਣੀ ਦਾ ਜਨਮ ਹੋਇਆ ਅਤੇ 6 ਦਸੰਬਰ ਨੂੰ ਤੁਸੀਂ ਲਏ 6 ਸਤੰਬਰ ਨੂੰ ਇਹ ਲੈ ਆਏ ਮਤਲਬ 4 ਦਿਨਾਂ ਦੀ ਸੀ ਗੁਰਬਾਣੀ ਉਸ ਦਿਨ ਅਤੇ 7 ਮਹੀਨਿਆਂ ਦੇ ਵਿੱਚ ਹੀ ਇਹਦਾ ਜਨਮ ਹੋ ਗਿਆ ਸੀਗਾ ਕਿਉਂਕਿ ਇਹ ਬੱਚੇ ਨੂੰ ਪ੍ਰੀ ਮਚਿਓਰ ਬੇਬੀ ਦੇ ਕਹਿ ਦਿੰਦੇ ਆ ਡਾਕਟਰ ਤਾਂ ਇਹਨਾਂ ਨੂੰ ਨਹੀਂ ਸੀ ਪਤਾ ਵੀ ਇਹ ਬੱਚੇ ਦੀ ਇਸ ਤਰ੍ਹਾਂ ਦੀ ਹਾਲਤ ਹੋ ਜੂ ਅੱਜ ਇਹ ਆਪਣਾ ਸਾਰਾ ਕੁਛ ਇਹਦੇ 'ਤੇ ਲਾ ਕੇ ਖਰਚ ਕੇ ਜਮ੍ਹਾਂ ਪੂੰਜੀ ਜਿੰਨੀ ਸੀ ਉਹ ਖਤਮ ਕਰਕੇ ਖਾਲੀ ਹੱਥ ਹੋਏ ਬੈਠੇ ਆ ਤਾਂ ਸਾਨੂੰ ਕਾਲ ਆਉਂਦੀ ਸਾਨੂੰ ਪਤਾ ਲੱਗਦਾ ਸਾਨੂੰ ਦੱਸਦੇ ਆ ਅਤੇ ਬੱਚੀ ਦੀ ਇਸ ਹਾਲਤ ਨੂੰ ਦੇਖ ਕੇ ਇਸ ਬੱਚੀ ਦੇ ਇਸ ਚਿਹਰੇ ਨੂੰ ਦੇਖ ਕੇ ਅਤੇ ਇਹਦੇ ਮਾਂ ਬਾਪ ਦੇ ਇਸ ਜੇਰੇ ਨੂੰ ਦੇਖ ਕੇ ਇਹਨਾਂ ਦਾ ਇਸ ਬੱਚੀ ਨਾਲ ਕੁਝ ਸਮੇਂ ਦੇ ਵਿੱਚ ਹੀ ਕਿੱਦਾਂ ਦਾ ਮੋਹ ਪੈ ਗਿਆ ਹੈ ਨਾ ਉਹ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਇੱਥੇ ਮਸਲਾ ਪੈਸੇ ਦਾ ਨਹੀਂ ਗਾ ਵੀ ਅਸੀਂ ਇਹ ਨਹੀਂ ਬੇਨਤੀ ਕਰ ਰਹੇ ਵੀ ਇਹਦਾ ਇਲਾਜ ਕਰਾ ਦਿਉ ਜਾਂ ਪੈਸਿਆਂ ਦੀ ਲੋੜ ਹੈ ਨਹੀਂ ਇੱਥੇ ਮਸਲਾ ਇਹਦੀ ਜ਼ਿੰਦਗੀ ਦਾ ਇਹਨੂੰ ਦੁਆ ਦਿਓ ਇਹਦੇ ਲਈ ਅਰਦਾਸ ਕਰਿਓ ਬਸ ਇਲਾਜ ਤਾਂ ਵਾਹਿਗੁਰੂ ਨੇ ਆਪੇ ਹੀ ਕਰਾ ਲੈਣਾ ਬਾਈ ਜੇ ਸੱਚੇ ਪਾਤਸ਼ਾਹ ਨੇ ਇੱਥੇ ਭੇਜਿਆ ਜੇ ਇਹਦੀ ਜ਼ਿੰਦਗੀ ਵਧਣੀ ਆ ਜੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਤੰਦਰੁਸਤੀ ਬਖਸ਼ਣੀ ਆ ਨਾ ਉਹ ਤੁਹਾਡੀਆਂ ਦੁਆਵਾਂ ਨੇ ਬਖਸ਼ਣੀਆਂ ਉਹ ਤੁਹਾਡੀਆਂ ਅਰਦਾਸਾਂ ਨੇ ਬਖਸ਼ਣੀਆਂ ਪੈਸੇ ਨੇ ਨਹੀਂ ਅਤੇ ਪੈਸਾ ਤਾਂ ਪਰਮਾਤਮਾ ਆਪਣੇ ਆਪ ਹੀ ਭੇਜ ਦਿੰਦਾ ਅੱਜ ਤੱਕ ਕਦੇ ਕਿਸੇ ਦਾ ਇਲਾਜ ਨਹੀਂ ਰੋਕਿਆ ਬਸ ਤੁਸੀਂ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਇਸ ਮਾਂ ਬਾਪ ਦੇ ਅੱਖਾਂ ਦੇ ਹੰਝੂ ਵੀਰਾ ਬੈਠਾ ਰੋਈ ਹੋਈ ਜਾਂਦਾ ਕਹਿੰਦੇ ਬਾਪ ਦਾ ਦਿਲ ਕਰੜਾ ਹੁੰਦਾ ਪਰ ਬਾਪ ਦੇ ਨਾਲ ਧੀ ਦਾ ਪਿਆਰ ਵੀ ਸਭ ਤੋਂ ਵੱਧ ਹੁੰਦਾ ਅਤੇ ਇਹਨਾਂ ਨੇ ਆਹ 2-3 ਮਹੀਨਿਆਂ ਦੇ ਵਿੱਚ ਕਿੰਨੇ ਸੁਪਨੇ ਸਜੋਲੇ ਸੀ
ਕਿੰਨੀਆਂ ਇਹਨਾਂ ਦੀਆਂ ਸਦਰਾਂ ਇਹਦੇ ਨਾਲ ਜੁੜ ਗਈਆਂ ਸੀ। ਬੱਚੀ 4-5 ਦਿਨਾਂ ਦੀ ਲੈ ਕੇ ਆਉਂਦੀ ਅਤੇ ਉਸੇ ਦਿਨ ਹੀ ਵਿਆਹ ਬਾਰੇ ਸੋਚਣ ਲੱਗ ਜਾਂਦਾ ਬਾਪ ਅਤੇ ਉਹਦੀ ਮਾਂ ਤਾਂ, ਉਸੇ ਦਿਨ ਹੀ ਉਹਦੇ ਸੁਪਨੇ ਲੈਣ ਲੱਗ ਜਾਂਦਾ ਮੇਰੀ ਧੀ ਡਾਕਟਰ ਬਣੂ, ਮੇਰੀ ਧੀ ਵੱਡੀ ਹੋ ਕੇ ਟੀਚਰ ਬਣੂਗੀ, ਕੋਈ ਕਹਿੰਦਾ ਮੇਰੀ ਧੀ ਪਾਇਲਟ ਬਣੂਗੀ, ਕੋਈ ਕਹਿੰਦਾ ਮੇਰੀ ਜੱਜ ਬਣੂਗੀ। ਪਰ ਅੱਜ ਗਰੀਬੀ ਸਭ ਤੋਂ ਵੱਡੀ ਬਿਮਾਰੀ ਆ। ਬਿਮਾਰੀ ਇਹ ਨਹੀਂ ਵੀ ਇਸ ਗੁਰਬਾਣੀ ਨੂੰ ਆਹ ਪ੍ਰੋਬਲਮ ਆ ਗਈ, ਕਿਉਂਕਿ ਬਿਮਾਰੀ ਇਹ ਆ ਵੀ ਅਸੀਂ ਇਹ ਬਿਮਾਰੀ ਖੁਦ ਦਿੱਤੀ ਇਹਨੂੰ। ਸਾਡਾ ਪੋਲਿਊਟਡ ਸਿਸਟਮ, ਇੰਨੀ ਜ਼ਿਆਦਾ ਗੰਦਗੀ ਅਸੀਂ ਖਾਂਦੇ ਹਾਂ, ਚਾਹੇ ਫਰੂਟ ਖਾਣਾ ਹੋਵੇ ਉਹਦੇ 'ਚ ਵੀ ਜ਼ਹਿਰ ਆ, ਚਾਹੇ ਸਬਜ਼ੀ ਖਾਣੀ ਉਹਦੇ 'ਚ ਵੀ ਜ਼ਹਿਰ ਆ, ਚਾਹੇ ਪਾਣੀ ਪੀਣਾ ਉਹਦੇ 'ਚ ਵੀ ਜ਼ਹਿਰ ਆ, ਜੇ ਸਾਹ ਲੈਣਾ ਤਾਂ ਹਵਾ 'ਚ ਵੀ ਜ਼ਹਿਰ ਆ। ਤਾਂ ਇਹਨੂੰ ਜੰਮਣ ਵਾਲੀ ਉਸ ਮਾਂ ਨੇ ਜ਼ਹਿਰ ਖਾ ਖਾ ਕੇ ਵਿਚਾਰੀ ਨੇ ਇਹਨੂੰ ਜਨਮ ਦਿੱਤਾ, ਅਤੇ ਜੰਮਦੇ ਸਾਰ ਇਸ ਬੱਚੀ ਦੇ ਉੱਤੇ ਉਹ ਜ਼ਹਿਰ ਦਾ ਅਸਰ ਹੋਇਆ। ਬਹੁਤ ਬੱਚੇ ਆਉਂਦੇ ਨੇ ਸਾਡੇ ਕੋਲ, ਬੜੇ ਸੁਣੀਦੇ ਆ ਵੀ ਜੰਮਦੇ ਬੱਚੇ ਨੂੰ ਟਿਊਬਾਂ 'ਚ ਰੱਖਦੇ ਆ, ਆਪਾਂ ਅਕਸਰ ਦੇਖਦੇ ਹਾਂ ਬਾਈ ਅੱਜ ਕੱਲ੍ਹ, ਹੈ ਨਾ। ਅਤੇ ਘਰ 'ਚ ਖੁਸ਼ੀ ਹੁੰਦੀ ਆ, ਸਿਹਰੇ ਬੰਨ ਰਹੇ ਹੁੰਦੇ ਆ, ਖੁਸਰੇ ਨੱਚ ਰਹੇ ਹੁੰਦੇ, ਅਤੇ ਮੁੰਡਾ ਟਿਊਬਾਂ 'ਚ ਪਿਆ ਹੁੰਦਾ, ਘਰ ਦੇ ਵਿੱਚ ਵਧਾਈਆਂ ਲੱਡੂ ਵੰਡੇ ਜਾ ਰਹੇ ਹੁੰਦੇ ਆ, ਅਤੇ ਬੱਚੀ ਡਾਕਟਰ ਕਹਿੰਦੇ ਟਿਊਬਾਂ 'ਚ ਰੱਖਣੀ ਪੈਣੀ ਹੈ ਜਿਹਨੂੰ ਜੰਮਦੀ ਨੂੰ ਪੀਲੀਆ ਵਾ। ਇਹ ਤਾਂ ਫਿਰ ਵੀ 3 ਮਹੀਨੇ ਪਹਿਲਾਂ ਹੋ ਗਈ, 2 ਮਹੀਨੇ। ਜਿਹੜੇ ਪੂਰੇ ਸਮੇਂ 'ਤੇ ਬੱਚੇ ਹੁੰਦੇ ਆ, ਉਹ ਵੀ ਬੱਚੇ ਕਿੰਨੇ ਕਮਜ਼ੋਰ ਪੈਦਾ ਹੁੰਦੇ ਅੱਜ, ਅਤੇ ਆਉਣ ਵਾਲੇ ਸਮੇਂ 'ਚ ਇਹ ਰੇਸ਼ੋ ਆ ਜਿਹੜੀ ਵੱਧਦੀ ਜਾ ਰਹੀ ਆ। ਆਪਣੀ ਜ਼ਿੰਮੇਵਾਰੀ ਵੀ ਸਮਝੀਏ ਅਸੀਂ, ਅਤੇ ਇਹਨਾਂ ਵਾਸਤੇ ਦੁਆ ਕਰੀਏ, ਅਰਦਾਸ ਕਰੀਏ। ਕਿੰਨਾ ਸੋਹਣਾ ਨਾਂ ਰੱਖਿਆ, ਕਿੰਨੀ ਸ਼ਿੱਦਤ ਨਾਲ ਨਾਂ ਰੱਖਿਆ, ਗੁਰਬਾਣੀ ਕੌਰ। ਮੈਂ ਨਾਂ ਸੁਣ ਕੇ ਮੇਰੇ ਮਨ ਨੂੰ ਐਂ ਲੱਗਿਆ ਵੀ ਇਸ ਬੱਚੀ ਨਾਲ ਮੇਰਾ ਵੀ ਕੋਈ ਰਿਸ਼ਤਾ ਹੈਗਾ, ਅਤੇ ਉਸ ਰਿਸ਼ਤੇ ਨੂੰ ਇਨਸਾਨੀਅਤ ਦਾ ਰਿਸ਼ਤਾ ਕਹਿੰਦੇ ਆ, ਅਤੇ ਤੁਸੀਂ ਵੀ ਉਸ ਰਿਸ਼ਤੇ ਨੂੰ ਸਮਝਿਓ ਵੀ ਅਤੇ ਨਿਭਾਇਓ ਵੀ, ਇਸ ਬੱਚੀ ਲਈ ਅਰਦਾਸ ਕਰਿਓ ਤਾਂ ਜੋ ਇਹਨੂੰ ਤੰਦਰੁਸਤੀ ਮਿਲੇ। CMC ਹਸਪਤਾਲ 'ਚ ਅਸੀਂ ਇਹਨੂੰ ਐਡਮਿਟ ਕਰਾਉਣ ਲੱਗੇ ਹਾਂ, ਜ਼ਰੂਰ ਸਾਰੇ ਜਣੇ ਅਰਦਾਸ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਵੀਰੇ ਤੇਰਾ? ਗੁਰਪ੍ਰੀਤ ਨਾਂ? ਵਾਹ ਗੁਰਪ੍ਰੀਤ, ਮੇਰਾ ਸਰਨਾਮ ਹੀ ਆ ਵੀਰਾ। ਭੈਣੇ ਤੁਹਾਡਾ ਕੀ ਨਾਂ? ਸੀਮਾ। ਸੀਮਾ ਭੈਣੇ,